ਸਾਰੇ ਮੰਚ ਚੁੱਕੇ ਨੇ ਵੀ ਇਹਦਾ ਮਤਲਬ ਸਰਕਾਰ ਡਰਾਉਣ ਦੀ ਕਰਨ ਲਈ ਪਹਿਲਾਂ ਕਰ ਰਹੇ ਨੇ ਕਿ ਕਿਸੇ ਕਿਸੇ ਪਿੰਡਾਂ ਦੇ ਨਿਕਲ ਵਾਲੀ ਉਮਰ ਸਾਡੇ ਸਮਾਜ ਦੇ ਵਿੱਚ ਬਸ ਜਾਂਦੀ ਹੈ, ਜਿਹੜੀ ਕਿ ਸਾਲ ਤੋਂ 2 ਮਹੀਨੇ ਪਹਿਲਾਂ ਕੋਈ ਮਹੀਨਾ ਪਹਿਲਾਂ ਕਰ ਲੈਂਦਾ, ਕੋਈ 2 ਮਹੀਨੇ ਪਹਿਲਾਂ ਕਰ ਲੈਂਦਾ, ਇਸ ਕਰਕੇ ਵੀ ਸਾਨੂੰ 2 ਮਹੀਨੇ ਪਹਿਲਾਂ ਕਰਨੀ ਪੈਣੀ ਹੈ। ਇਹ ਸਾਡੇ ਕੁਛ ਰੀਤੀ ਰਿਵਾਜ਼ ਨੇ, ਲੋਕਾਂ ਨੂੰ ਕੁਛ ਪਰੰਪਰਿਕ ਵੀ ਸੀਗੇ ਵੀ ਪਤਾ ਨੀ ਇਹ ਕਿਉਂ ਮਾਇਆ ਕਰੀ ਜਾਂਦੇ ਹੈ ਨਾ, ਵੀ ਇਹ ਸਾਡੇ ਪਹਿਲਾਂ ਕਰਦੇ ਪੜ੍ਹਾਈ ਚ ਕਰਦੇ। ਦੂਸਰੀ ਗੱਲ ਇਹਨਾਂ ਨੇ ਹੁਣ ਸਾਰੀ ਰਸਤੀ ਵਿਧਾਨ ਸਭਾ ਦੇ ਵਿੱਚ ਗਏ, ਸਾਡਾ ਉੱਥੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਸਾਨੂੰ ਬਲ ਨਾਲ ਲਾ ਕੇ ਸਾਡਾ ਵੈਲਕਮ ਕੀਤਾ, ਸਾਡੇ ਜ਼ਖਮਾਂ ਨੂੰ ਖਦੇੜਿਆ, ਉਹਨਾਂ ਨੇ ਉੱਥੇ ਗਿਆ ਬਹੁਤ ਨਿਰਾਸ਼ਾ ਹੋਈ ਤੇ ਕੁਛ ਕਹਿੰਦੇ ਆ ਤੋਂ ਕਿਹੜਾ ਗੱਲਾਂ ਕਰਿਆ, ਫੌਜੀ ਸ਼ਹੀਦ ਹੁੰਦੇ ਆ 1984 ਚ ਹੋਇਆ, ਉਹ ਭਾਈ ਇਸ ਤਾਂ ਕਹੀ ਜਾਂਦੇ ਆ ਵੀ ਤੁਸੀਂ ਬਿਲਕੁਲ ਕਿਉਂ ਨੀ ਮਿਲਕਦੇ, ਜਿਹਦੇ ਮਰੇ ਨੇ ਉਹ ਮਿਲਕਦੇ ਹੁੰਦੇ ਤਾਂ ਹੋ ਸਕਦਾ ਸਾਨੂੰ ਅੱਜ ਆਹ ਨਾਂ ਦੇ ਦੇਖਣੇ ਪੈਂਦੇ, ਅਸੀਂ ਕਿਹਦੇ ਲਈ ਮਿਲਕ ਰਹੇ ਹਾਂ, ਸਾਡੇ ਮਗਰ ਫੌਜ ਹੋਰ ਬੈਠੀ ਹੈ ਵੀ ਸਾਡੇ ਕੋਈ ਦੂਜੇ ਨੂੰ ਨਾ ਮਾਰਦੇ ਹਨ, ਸਾਡੇ ਤਾਂ ਹੈ ਹੀ ਨੀ ਹੁਣ ਕੁਛ, ਅਸੀਂ ਵੀ ਤੁਹਾਡੇ ਵਾਸਤੇ ਮਿਲਕਦੇ ਹਾਂ। ਮੈਂ ਕਹਿੰਦੀ ਹਾਂ ਕਿ ਜੋ ਮੈਨੂੰ ਫੇਸਬੁੱਕ ਤੇ ਬੋਲਣ ਵਾਲੇ ਵਿਦਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਿਹਦਾ ਆਪਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਨਹੀਂ ਮਿਲਿਆ, ਲੈ ਲਿਆ ਬਦਲਾ ਲਿਆਂਦਾ ਸੀ ਆਪਾਂ ਨੇ ਉਹਦਾ ਇਨਸਾਫ਼ ਨਹੀਂ ਮਿਲਿਆ, ਅਸੀਂ ਮਿਲਕ ਕੇ ਲੈ ਜਾਂਦੇ, ਪਰ ਜਿਹੜੀ ਰੱਬ ਦੇ ਘਰ ਦੀ ਚੱਕੀ ਹੈ ਉਹ ਬਹੁਤ ਹੌਲੀ ਜਿਹੜਾ ਜਿਹੜੀ ਹੈ ਤੇ ਸਤਿਆਨਾਸ਼ ਕਰਕੇ ਰੱਖ ਲਈ ਇਹਨਾਂ ਦਾ। ਮੈਂ ਜਿੱਦਾਂ ਹੁਣ ਕਹਿ ਦਿੱਤੇ ਨੇ ਮੈਨੂੰ ਕਰਨ ਵਾਲਾ ਕਿਵੇਂ ਲਾਉਣੇ, ਸਾਨੂੰ ਪਤਾ ਹੈ ਜਿਹੜੇ ਉਹਨੇ ਛੋਟੇ ਤੋਂ ਲੈ ਕੇ ਹੁਣ ਤੱਕ ਜਵਾਨੀ ਤੱਕ ਉਹਦੀਆਂ ਗੱਲਾਂ ਕੀਤੀਆਂ ਨੇ ਸਾਰੀਆਂ ਸੱਚ ਹੋਈਆਂ, ਜਿੱਦੇ ਉਹਦੀ ਮੌਤ ਹੋਈ ਹੈ ਮੈਂ ਉਹਦੇ ਇਹ ਕਹਿ ਕੇ ਰੋਈ ਸੀ ਵੀ ਤੂੰ ਇੱਕ ਗੱਲ ਕਹਿ ਕੇ ਗਿਆ ਸੀ ਉਹਦਾ ਵੀ 2000 ਤਾਂ ਲੈ ਮਰਾਂਗੇ ਕੱਲਿਆਂ ਨੇ ਦਸ ਮਰਨਾ ਕਰ, ਇਹ ਤੇਰੀ ਗੱਲ ਮੈਨੂੰ ਝੂਠੀ ਲੱਗੀ ਸ਼ੁਭਦੀਪ, ਪਰ ਉਹ ਸੱਚ ਹੋ ਗਈ। ਮੈਂ ਕਹਿਣਾ ਨੀ ਚਾਹੁੰਦੀ ਸੀ ਜਿਹੜੇ 4 ਮਰੇ ਨੇ 4 ਨੂੰ ਲੈ ਗਿਆ, ਬਾਕੀ ਰੱਬ ਦੀ ਚੱਕੀ ਨੇ ਹੌਲੀ ਹੌਲੀ ਗੇੜਾ ਦੇਣਾ, ਮੈਨੂੰ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਹੈ, ਬਾਕੀ ਤੋਂ ਵੱਡੇ ਵਰਗੇ ਜਿਹੜੇ ਸਾਡਾ ਦਿਨ ਰਾਤ ਸਾਥ ਦਿੰਦੇ ਆ ਤੇ ਸਰਕਾਰਾਂ ਤੋਂ ਕੋਈ ਉਮੀਦਾਂ ਨਹੀਂ, ਸਰਕਾਰ ਨੂੰ ਤਾਂ ਮੈਂ ਸਾਡੇ ਮਾਨਸਾ ਹਲਕੇ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦੀ ਵੀ ਉਹਨਾਂ ਨੇ ਕਿੰਨੇ ਸੋਹਣੇ ਇੱਥੇ ਕੈਂਡੀਡੇਟ ਚੁਣ ਚੁਣ ਕੇ ਤੇ ਮੇਰੇ ਪੁੱਤ ਨੂੰ ਹੀਰੇ ਨੂੰ ਗਵਾਤਾ ਪਲਾਇਨ ਤਹਿਤ। ਇਹ ਜਿਹੜੇ ਸਰਕਾਰ ਦੇ ਸਰਕਾਰ ਜਿਹੜੀ ਗੱਲਾਂ ਕਰ ਰਹੀ ਹੈ ਨਾ ਇਹ ਆਪਦੇ ਵੱਲ ਸ਼ੰਕੇ ਵਧਾ ਰਹੀ ਹੈ, ਅਸੀਂ ਪਹਿਲਾਂ ਤਾਂ ਅਸੀਂ ਚਲੋ ਕਹਿੰਦੇ ਸੀਗੇ ਵੀ ਬੋਲਣਾ ਨੀ ਅਸੀਂ, ਪਰ ਸਾਨੂੰ ਮਜਬੂਰ ਨੂੰ ਬੋਲਣਾ ਪੈ ਰਿਹਾ, ਕਿੱਥੇ ਸੀ ਸਰਕਾਰ, ਕਿੱਥੇ ਸੀ ਪ੍ਰਸ਼ਾਸਨ, ਕਿੱਥੇ ਸੀ ਇੰਟੈਲੀਜੈਂਸ, 10 ਦਿਨ ਸਾਡੇ ਪਿੰਡ ਚ ਗੱਡੀਆਂ ਇੰਨਾ ਇੰਨਾ ਸਮਾਨ ਲੈ ਕੇ ਤੁਰੀਆਂ ਫਿਰਦੇ ਰਹੀਆਂ, ਇਹ ਕਿਹਦੀ ਜ਼ਿੰਮੇਵਾਰੀ ਆ, ਕੀ ਇਹ ਸਰਕਾਰ ਦੀ ਜ਼ਿੰਮੇਵਾਰੀ, ਕੌਣ ਕੌਣ ਗੱਡੀਆਂ ਬੁਲਟ ਪ੍ਰੂਫ ਕਰਾ ਲੂੰਗਾ ਜੀ, ਕਿਹਨੂੰ ਕਿਹਨੂੰ ਤੁਸੀਂ ਸਿਕਿਉਰਿਟੀ ਦੇਣੀ, ਜਿਹੜੇ ਇਹਨਾਂ ਨੇ ਇਹਨਾਂ ਨੇ ਇਹ ਸ਼ਬਦ ਬੋਲਿਆ ਨਾ ਵਿਧਾਨ ਸਭਾ ਦੇ ਵਿੱਚ ਸਾਨੂੰ ਉਹਨਾਂ ਨੇ ਬਹੁਤ ਮਤਲਬ ਪਰੇਸ਼ਾਨ ਕਰ ਦਿੱਤਾ। ਕੋਈ ਗੱਲ ਨੀ ਬੱਚੇ ਛੋਟੇ ਵੀ ਹੈਗੇ ਨੇ, ਤੁਸੀਂ ਵੀ ਸਾਡੀ ਉਮਰ MLA MP ਨੇ ਰਹਿਣਾ, ਮੰਤਰੀ ਨੇ ਰਹਿਣਾ, ਤੁਹਾਡੇ ਤੇ ਵੀ ਕਦੇ ਟਾਈਮ ਆਊਗਾ, ਪਰ ਕਿਸੇ ਦੀ ਆਤਮਾ ਨੂੰ ਇੰਨਾ ਨਾ ਦਿਖਾਓ ਵੀ ਬਦਦੁਆਵਾਂ ਨਿਕਲਣ, ਅਸੀਂ ਕਿਸੇ ਨੂੰ ਬਦਦੁਆਵਾਂ ਨਹੀਂ ਦੇਣੀਆਂ ਚਾਹੁੰਦੇ ਵੀ ਜਿਵੇਂ ਅਸੀਂ ਔਖੀਆਂ ਸਭ ਦੇ ਹੁੰਦੇ, ਸਭ ਦੇ ਮਾਂ ਪਿਓ ਨੂੰ ਇੰਨੀ ਔਖ ਲੱਗਦੀ ਜਦੋਂ ਕਿਸੇ ਦਾ ਬੱਚਾ ਜਾਂਦਾ, ਪਰ ਉਹ ਸਾਨੂੰ ਜਾਣ ਬੁੱਝ ਕੇ ਤੰਗ ਕਰ ਰਹੇ ਨੇ। ਬਸ ਇੰਨਾ ਕਹਿੰਦੀ ਹੋਈ ਮੈਂ ਧੀਮਾਂ ਦੀ ਜਾਤੀ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ, ਅਸੀਂ ਇੰਨੇ ਲੇਟ ਹੋ ਗਏ, ਤੁਹਾਨੂੰ ਇੰਨੀ ਵੇਟ ਕਰਨੀ ਪਈ, ਤੁਹਾਡਾ ਆਉਣ ਦਾ ਬਹੁਤ ਬਹੁਤ ਧੰਨਵਾਦ।